किसान वीरो राम राम सत श्री अकाल सारे किसान भरावां दा ट्रैक्टर सैंड खेती टैक चैनल ते मोस्ट वेलकम है। तो मैं आशा करदा मेरे सारे किसान भी ठीक ठाक होणगे जिथे भी होणगे। तो किसान वीरो जो अपनी अज की वीडियो है, अज वीडियो दिखावांगे सोनालिका टाइगर सीरीज का ट्रैक्टर है। किसान वीरो 60 4x4 दी डिलीवरी है, मेरे किसान वीरां ने नवा खरीदया। तो किसान वीरां नाल भी गल करावांगे तुहाडी। तो अजे हार वगैरह लगाते पे है, तो अजे मूँह भी मिठा करांगे किसान वीरो। तो भाजी आ जाओ भाजी, ये भाजी हुरां ने नवा खरीदया, तो थोड़ी जानकारी आ जाओ भाजी। हाँ जी भाई, थोड़ा पहले इंट्रोडक्शन वगैरह अपना नाम वगैरह दस दिओ जी। मेरा नाम जगरूप रंधावा है, पिंड शाहपुर जाहल बाबा बुड्ढा जी डेयरी फार्म तो। ये पंथप्रीत सिंह है मेरा ब्रदर। ठीक है जी, ये ट्रैक्टर खरीद रहे हैं जिस। ठीक है जी। तो भाई जी, इस पहले कि ट्रैक्टर चला चुके थे? इस पहला अभी जॉन डीयर स्वराज महिंद्रा भी सोनालिका भी अभी चलाया 2-व्हील ड्राइव से। ठीक है, पहला भी चलाया। ਠੀਕ ਹੈ। ਉਹ ਫਿਰ ਤੁਸੀਂ ਕਿਸ ਕਾਰਨ ਸਿਆ ਕਰਤਾ ਸੀ ਜਿਹੜਾ ਸਾਡਾ ਵਿਚਾਰ ਸੀ ਵੀ ਸੋਨਾ ਲਿੱਤੇ ਜਾਣਾ। ਠੀਕ ਹੈ। ਤੇ ਆਪਾਂ ਭਾਜੀ ਖੇਤੀ ਦੇ ਕੰਮ ਕਰੀਦਾ ਜ਼ਿਆਦਾ? ਹਾਂ, ਸਾਡਾ ਖੇਤੀ ਹੈ, ਡੇਰੀ ਫਾਰਮਿੰਗ ਹੈ। ਅੱਛਾ, ਡੇਰੀ ਫਾਰਮਿੰਗ ਦਾ ਕੰਮ ਹੈ। ਠੀਕ ਹੈ ਠੀਕ ਹੈ। ਤੇ ਫਿਰ ਇਸ ਟਰੈਕਟਰ 'ਚ ਭਾਜੀ ਤੁਹਾਨੂੰ ਕੀ ਖੂਬੀ ਲੱਗੀ ਜਿਹੜਾ ਤੁਸੀਂ 4-wheel 'ਚ ਖਰੀਦਿਆ, ਜਾਂ ਐਸਾ ਕਿਹੜਾ ਕੰਮ ਹੈ ਜਿਹੜਾ 2-wheel ਨਾਲ ਨਹੀਂ ਸੀ ਹੋਇਆ ਤੇ ਤੁਸੀਂ ਸੋਚਿਆ 4-wheel ਲਿਆ ਜਾਏ? 4-wheel ਡਰਾਈਵ ਅੱਜ ਕੱਲ੍ਹ ਜਿਹੜੇ ਨਵੇਂ ਜੋ ਆਧੁਨਿਕ ਜੋ ਯੁੱਗ ਹੈ ਖੇਤੀ ਦਾ, ਅਤੇ ਜਿਹੜੇ ਨਵੇਂ ਇੰਪਲੀਮੈਂਟ ਆਉਂਦੇ ਨੇ ਸਾਰੇ, ਉਹਨਾਂ 'ਚ 4-wheel ਡਰਾਈਵ ਦੀ ਜਿਹੜੀ ਵਰਤੋਂ ਆ ਕਾਫੀ ਹੱਦ ਤੱਕ ਇਹਨੂੰ ਜ਼ਰੂਰੀ ਬਣ ਜਾਂਦੀ ਆ। ਠੀਕ ਹੈ। ਸਾਡੇ ਜਿਹੜੇ ਕੰਮ ਆ ਉਹ 'ਚ ਜਿਹੜਾ ਸਾਈਲੇਜ ਬਣਾਉਣਾ ਆ, ਬੇਮੌਸਮਾਂ ਵੀ ਜੂਨ ਜੁਲਾਈ 'ਚ ਕਈ ਵਾਰ ਸਾਈਲੇਜ ਬਣਾਉਣਾ ਉਹ ਬਰਸਾਤਾਂ ਦੇ ਮੌਸਮ 'ਚ 4-wheel ਡਰਾਈਵ ਦੀ ਬਹੁਤ ਲੋੜ ਪੈਂਦੀ ਹੈ, ਇਸ ਕਰਕੇ ਅਸੀਂ 4-wheel ਡਰਾਈਵ ਸੋਨਾ ਲਿੱਤਾ। ਇਸ ਕਰਕੇ ਚੁਣਿਆ ਵੀ ਅਸੀਂ ਟਰੈਕਟਰ ਪਹਿਲਾਂ ਚਲਾਇਆ ਆ, ਟਰੈਕਟਰ ਨੂੰ ਮਜ਼ਬੂਤ ਨੇ। ਅਤੇ ਕਈ ਜਿੱਦਾਂ ਕਈ ਕਿਸਾਨ ਵੀਰ ਕਹਿੰਦੇ ਨਾ, ਚਲੋ ਵੈਸੇ ਤਾਂ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਆ, ਵੀ ਥੋੜ੍ਹਾ ਸੋਨਾਲੀਕਾ ਦਾ ਜਿੱਦਾਂ ਤੇਲ ਦਾ ਕਈ ਖਰਚਾ ਜ਼ਿਆਦਾ ਦੱਸਦੇ, ਸਹੀ ਗੱਲ ਹੈ? ਨਹੀਂ, ਤੇਲ ਦਾ ਖਰਚਾ ਨਹੀਂ ਜ਼ਿਆਦਾ, ਇਹਨਾਂ ਦੇ ਪਹਿਲੇ ਮਾਡਲਾਂ 'ਚ ਲੀਕਿੰਗ ਦੀ ਪ੍ਰੋਬਲਮ ਸੀ, ਬਟ ਹੁਣ ਵੇਖਦੇ ਹਾਂ ਵੀ ਇਹਦੇ 'ਚ ਆਉਂਦੀ ਹੈ ਜਾਂ ਨਹੀਂ ਆਉਂਦੀ। ਠੀਕ ਹੈ। ਕਿਉਂਕਿ ਸਮਾਂ ਵੀ ਕਾਫੀ ਹੋ ਗਿਆ, ਹੁਣ ਟੈਕਨੋਲੋਜੀ ਵੀ ਚੇਂਜ ਹੋ ਗਈ, ਉਸ ਤਰ੍ਹਾਂ ਇਹਨਾਂ ਕੁਝ ਬਦਲਾਅ ਕੀਤੇ ਹੋਣ। ਠੀਕ ਹੈ ਠੀਕ ਹੈ, ਬਦਲਾਅ ਕੀਤੇ ਹੋਣਗੇ, ਚੰਗੇ ਹੋਣਗੇ। ਠੀਕ ਹੈ ਠੀਕ ਹੈ, ਦੇਖਾਂਗੇ ਹੁਣ ਵਰਤਾਂਗੇ ਤਾਂ ਹੀ। ਹਾਂ, ਫਿਰ ਹੀ ਪਤਾ, ਅਸਲੀ ਜਿਹੜੀ ਕਹਿੰਦੇ ਲੈਬੋਰਟਰੀ ਹੁੰਦੀ ਹੈ ਉਹ ਕਿਸਾਨ ਦੇ ਖੇਤ ਹੁੰਦੀ, ਉੱਥੇ ਇਹਦੀ ਟੈਸਟਿੰਗ ਹੁੰਦੀ ਹੈ। ਕੰਪਨੀ ਤਾਂ ਆਪਣੇ ਹਿਸਾਬ ਨਾਲ ਬੜਾ ਕੁਛ ਕਰਦੀ ਹੈ ਕਰਕੇ, ਲੇਕਿਨ ਜਦੋਂ ਕਿਸਾਨ ਕੋਲ ਟਰੈਕਟਰ ਜਾਂਦਾ ਫਿਰ ਉਹਦਾ ਅਸਲੀ ਜਿਹੜਾ ਪਤਾ ਚੱਲਦਾ ਵੀ ਵਾਕਈ ਦਮ ਹੈਗਾ ਕਿ ਨਹੀਂ ਹੈ। ਅਤੇ ਬਾਕੀ ਭਾਅ ਜੀ ਕਿੰਨੇ ਕਿੱਚ ਪੈ ਗਿਆ? ਲਗਭਗ ਸਾਨੂੰ 10 ਲੱਖ ਦੇ ਕਰੀਬ ਪੈ ਗਿਆ। 10 ਲੱਖ ਦੇ ਕਰੀਬ ਪੈ ਗਿਆ। ਠੀਕ ਹੈ। ਤਾਂ 60 HP 'ਚ ਆ? ਠੀਕ ਹੈ ਠੀਕ ਹੈ। ਤਾਂ ਭਾਅ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ? ਠੀਕ ਹੈ ਠੀਕ ਹੈ ਠੀਕ ਹੈ। ਬ੍ਰਦਰ ਦੋਨੋਂ? ਠੀਕ ਹੈ ਠੀਕ ਹੈ। ਚਲੋ ਇੱਧਰ ਆ ਜਾਓ ਅੱਗੇ ਥੋੜ੍ਹਾ ਨਾ, ਇੱਕ ਇੱਧਰ ਆ ਜਾਓ, ਇੱਕ ਇੱਧਰ। ਬਾਕੀ ਕਿਸਾਨ ਵੀਰੋ ਟਰੈਕਟਰ ਖਰੀਦ ਲਿਆ ਭਾਈਆਂ ਨੇ, ਤਾਂ ਮੈਂ ਗੱਲ ਵੀ ਕਰਾਤੀ ਹੈ ਤੁਹਾਡੀ, ਜੋ ਟਰੈਕਟਰ ਦੇ ਓਨਰ ਸੀ। ਅਤੇ 2000 kg ਦੀ ਲਿਫਟ ਕਪੈਸਿਟੀ ਹੈ ਟਰੈਕਟਰ ਦੀ, ਇੰਡੀਪੈਂਡੈਂਟ PTO ਦੇ ਨਾਲ, IPTO ਮਲਟੀ ਸਪੀਡ ਸ਼ਟਲ ਟੈਕ ਦੇ ਨਾਲ ਆ ਟਰੈਕਟਰ, HDM ਹੈਵੀ ਡਿਊਟੀ ਮਾਈਲੇਜ ਪਲੱਸ ਦੇ ਨਾਲ, ਓਇਲ ਮਾਸਟ ਬ੍ਰੇਕ ਆ ਕਿਸਾਨ ਵੀਰੋ, ਸ਼ਟਲ ਗੇਅਰ ਦੇ ਨਾਲ ਆ, ਸਾਈਡ ਸ਼ਿਫਟਡ। ਇਹ ਟੂਲ ਕਿੱਟ ਮਿਲ ਗਿਆ ਉਹਨਾਂ ਨੂੰ ਨਾਲ। ਭਾਜੀ ਗਰੀਸ ਗੰਨ ਵੀ ਹੈਗੀ ਜਾਂ ਟੂਲ ਕਿੱਟ ਹੀ ਇਕੱਲੀ? ਦਿੰਦੇ ਭਾਈ ਗਰੀਸ ਗੰਨ? ਅੱਛਾ ਅੱਛਾ। ਹਾਂ, ਸਵਰਾਜ ਨਾਲ ਵੀ ਮਿਲਦੀ ਆ, ਬਾਕੀ ਇਹਦਾ ਪਤਾ ਨਹੀਂ। ਇੱਕ ਸਾਨੂੰ ਵੀ ਟੂਲ ਕਿੱਟ ਹੈ ਟਰੈਕਟਰ ਦੀ, ਜੋ ਟਰੈਕਟਰ ਦੇ ਨਾਲ ਚਾਬੀਆਂ ਪਾਉਣੇ ਮਿਲੇ ਆ। ਕਿਸਾਨ ਵੀਰੇ ਡਿਸਟ੍ਰੀਬਿਊਟਰ ਹੈ ਜਿਹੜੇ ਬੈਕ ਸਾਈਡ 'ਤੇ ਲੱਗਣੇ ਆ ਟਰਾਲੀ ਨਾਲ ਕਨੈਕਟ ਕਰਨ ਲਈ, ਇਹ ਵੀ ਕੰਪਨੀ ਨੇ ਨਾਲ ਹੀ ਦਿੱਤੇ ਆ ਟਰੈਕਟਰ 'ਤੇ। ਸਿੰਗਲ ਡੀਜ਼ਲ ਫਿਲਟਰ ਹੈ ਕਿਸਾਨ ਵੀਰੋ ਟਰੈਕਟਰ 'ਚ, ਇਹ ਦੇਖ ਸਕਦੇ ਹੋ ਭਾਈ, ਡੀਜ਼ਲ ਫਿਲਟਰ ਸਿੰਗਲ ਕਰਤਾ ਕੰਪਨੀ ਨੇ, ਹੈ ਨਾ? ਪਹਿਲੇ ਡਬਲ ਆਉਂਦੇ ਸੀ, ਮੇਰੇ ਖਿਆਲ ਕੋਸਟ ਕਟਿੰਗ ਕਰਦੀ ਪਈ ਹੈ ਕੰਪਨੀ, ਸਿੰਗਲ ਡੀਜ਼ਲ ਫਿਲਟਰ ਕਰਤਾ ਸਾਰਿਆਂ 'ਚ ਹੀ। ਹੈਂ, ਵਧੀਆ। ਚਲੋ ਕੰਪਨੀ ਜੋ ਕਰਦੀ ਆ ਵੈਸੇ ਸੋਚ ਸਮਝ ਕੇ, ਇੰਜੀਨੀਅਰ ਬੈਠੇ ਨਾ ਉੱਥੇ। ਕਿਸਾਨ ਵੀਰੋ ਸਿੰਗਲ ਡੀਜ਼ਲ ਫਿਲਟਰ ਵਾਲਾ ਮਾਡਲ ਹੈ, ਫਰੰਟ 'ਤੇ ਵੀ ਦੇਖ ਲਓ ਸੋਨਾਲੀਕਾ ਦੀ ਬ੍ਰੈਂਡਿੰਗ ਆ। ਬਾਕੀ ਕਿਸਾਨ ਵੀਰੋ ਮੂੰਹ ਵਗੈਰਾ ਵੀ ਮਿੱਠਾ ਕਰਾਂਗੇ ਆਪਾਂ, ਕਰੋ।
किसान वीरों बाई हुई मूँह में ठकरा लगे नवा लिया बाई हुरा ने घर दे भी वेट करते पे होने भी गए ट्रैक्टर लैन आई दी अजे अच्छा अपने अपने काम लगे ठीक है लो जी करो मूर्त ठीक है नहीं नहीं कराओ कराओ भाई हूं पहले वो भाई हूं कराओ पहले भाई मुबारक बहुत ट्रैक्टर चढ़ती कला च रखे थानू है खुशियां बख्शे किसान वीर आप भी कर लें मूँह मिठा दवाइया चढ़ती कला च रखे ट्रैक्टर खुशियां बख्शे ज्यादा ज्यादा ठीक है किसान वीरों फिर मिलते हैं किसी नवी वीडियो नवे ट्रैक्टर के नाल तो आवाज़ भी सुना दें ट्रैक्टर की थोड़ी